ਜਾਪਾਨ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹੁੰਚੇ ਕਯੋਟੋ। ਦੋਹਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਦੀ ਨਵੀਂ ਇਬਾਰਤ ਲਿਖੇ ਜਾਣ ਦੀ ਉਮੀਦ। ਕੁਵੈਤ ਦੇ ਮਿਸਰ ਵਿੱਚ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਫਸੇ 25 ਪੰਜਾਬੀਆਂ ਦੇ ਪਰਿਵਾਰਾਂ 'ਚ ਛਾਇਆ ਚਿੰਤਾ ਦਾ ਮਾਹੌਲ। ਭਾਰਤ ਸਰਕਾਰ ਨੂੰ ਕੀਤੀ ਮਦਦ ਦੀ ਗੁਹਾਰ। ਮੀਡੀਆ ਦੇ ਕੈਮਰੇ ਵਿੱਚ ਕੈਦ ਹੋਈ ਪਠਾਨਕੋਟ ਪੁਲਿਸ ਦੀ ਅਨੋਖੀ ਤਸਵੀਰ। ਬਲਾਤਕਾਰ ਦੇ ਹਾਈ ਪ੍ਰੋਫਾਈਲ ਮੁਲਜ਼ਮਾਂ ਦੀ ਗੈਸਟ ਹਾਊਸ ਵਿੱਚ ਕੀਤੀ ਜਾ ਰਹੀ ਸੀ ਖਾਤਰਦਾਰੀ। ਅਤੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਮਾਡਰਨ ਤਰੀਕੇ ਦੇ ਨਾਲ ਹੁੰਦੀ ਨਸ਼ਾ ਤਸਕਰੀ ਦਾ ਪਰਦਾਫਾਸ਼। ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਜੇਲ੍ਹ ਅੰਦਰੋਂ ਹੁੰਦੀ ਸੀ ਨਸ਼ੇ ਦੀ ਡਿਲੀਵਰੀ। ਜੀ ਬੁਲੇਟਿਨ ਦੀ ਤਫਸੀਲ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ 5 ਦਿਨਾਂ ਦੇ ਜਾਪਾਨ ਦੌਰੇ ਤੇ ਪਹੁੰਚ ਗਏ ਨੇ। ਅੱਜ ਪ੍ਰਧਾਨ ਮੰਤਰੀ ਜਦੋਂ ਓਸਾਕਾ ਏਅਰਪੋਰਟ ਤੇ ਪਹੁੰਚੇ ਤਾਂ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੋਂ ਮੋਦੀ ਜਾਪਾਨ ਦੇ ਕਯੋਟੋ ਸ਼ਹਿਰ ਵਾਸਤੇ ਰਵਾਨਾ ਹੋ ਗਏ। ਉਮੀਦ ਹੈ ਕਿ ਇਸ ਦੌਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਦੀ ਨਵੀਂ ਇਬਾਰਤ ਲਿਖਣਗੇ ਤੇ 5 ਦਿਨਾਂ ਜਾਪਾਨ ਯਾਤਰਾ ਦੇ ਦੌਰਾਨ ਕਈ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਵੀ ਕੀਤੀ ਜਾਏਗੀ। ਭਾਰਤ ਵਿੱਚ ਬੁਲੇਟ ਟ੍ਰੇਨ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਵੀ ਜਾਪਾਨੀ ਸਹਿਯੋਗ ਤੇ ਚਰਚਾ ਹੋ ਸਕਦੀ ਹੈ, ਜਿਸ ਨਾਲ ਦੋਹਾਂ ਮੁਲਕਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਪ੍ਰਧਾਨ ਮੰਤਰੀ ਮੋਦੀ ਇੱਥੇ ਟੋਕੀਓ ਵਿਖੇ ਵਿਵੇਕਾਨੰਦ ਸੰਸਕ੍ਰਿਤੀ ਕੇਂਦਰ ਦਾ ਵੀ ਉਦਘਾਟਨ ਕਰਨਗੇ। ਜਾਪਾਨ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਾਰੋਬਾਰੀਆਂ ਦਾ ਉੱਚ ਪੱਧਰੀ ਵਫਦ ਵੀ ਰਵਾਨਾ ਹੋਇਆ ਹੈ। ਇਰਾਕ ਦੇ ਗ੍ਰਹਿ ਯੁੱਧ ਤੋਂ ਸਹਿਮੇ ਪੰਜਾਬੀਆਂ ਦੇ ਜ਼ਖਮ ਹਾਲੇ ਸੁੱਕੇ ਨਹੀਂ ਕਿ ਹੁਣ ਕੁਵੈਤ ਵਿੱਚ ਪੰਜਾਬੀ ਨੌਜਵਾਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੁਵੈਤ ਦੇ ਸ਼ਹਿਰ ਮਿਸਰ ਵਿੱਚ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਕਰੀਬ 25 ਪੰਜਾਬੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਮਾਮਲੇ ਦੀ ਖਬਰ ਜਿਵੇਂ ਹੀ ਮੀਡੀਆ ਵਿੱਚ ਨਸ਼ਰ ਹੋਈ ਤਾਂ ਇਹਨਾਂ ਪੰਜਾਬੀ ਨੌਜਵਾਨਾਂ ਦੇ ਘਰਾਂ ਵਿੱਚ ਹੁਣ ਸਨਾਟਾ ਪਸਰ ਗਿਆ ਹੈ। ਇਹਨਾਂ ਨੌਜਵਾਨਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰਦੀਪ ਸਿੰਘ ਤੇ ਮੱਖਣ ਸਿੰਘ ਦਾ ਨਾਮ ਵੀ ਸ਼ਾਮਿਲ ਹੈ, ਜੋ ਰੋਜ਼ੀ ਰੋਟੀ ਦੀ ਖਾਤਰ ਮਿਸਰ ਗਏ ਸਨ ਪਰ ਇੱਕ ਬੱਸ ਵਿੱਚ ਸੀਟ ਨੂੰ ਲੈ ਕੇ ਮਿਸਰ ਦੇ ਨੌਜਵਾਨਾਂ ਨਾਲ ਹੋਏ ਝਗੜੇ ਕਾਰਨ ਦੋਹਾਂ ਧਿਰਾਂ ਦੇ ਕੁਝ ਨੌਜਵਾਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਮਿਸਰ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ ਕਹਿ ਰਹੇ ਸੀ ਵੀ ਕੰਪਨੀ ਵਾਲੇ ਕਹਿ ਰਹੇ ਕੰਮ 'ਤੇ ਜਾਓ ਅਤੇ ਕੰਮ 'ਤੇ ਤਾਂ ਨਹੀਂ ਜਾ ਰਹੇ ਵੀ ਉਹਨਾਂ ਨਾਲ ਲੜਾਈ ਝਗੜਾ ਹੋ ਗਿਆ ਨਾ ਉਹਨਾਂ ਮਿਸਰੀਆਂ ਦੇ ਨਾਲ, ਤਾਂ ਕਰਕੇ ਗਏ ਨਹੀਂ। ਭਾਰਤ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀ ਰੱਖਿਆ ਦਾ ਪ੍ਰਬੰਧ ਹੋਵੇ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਰਿਕੁਐਸਟ ਕਰਨਾ ਵੀ ਜਿਹੜੇ ਕੁਵੈਤ ਵਿੱਚ ਸਾਡੇ ਪੰਜਾਬੀ ਵੀਰ ਫਸੇ ਨੇ, ਜੋ ਵੀ ਲੜਾਈ ਝਗੜਾ ਹੋਇਆ ਉਹਦੇ ਸੰਬੰਧ ਜੋ ਕਿਸੇ ਨਾਲ ਨਜਾਇਜ਼ ਨਾ ਹੋਵੇ, ਇਹ ਰਿਕੁਐਸਟ ਆ ਸਾਡੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਵੀ ਜਿਹੜੇ ਬੱਚੇ ਆ ਸਾਡੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ 'ਤੇ ਕੋਈ ਇਹੋ ਜਿਹਾ ਕੋਈ ਕੇਸ ਗਲਤ ਨਾ ਬਣੇ। ਪਠਾਨਕੋਟ ਵਿੱਚ ਬੀਤੇ 2 ਦਿਨ ਪਹਿਲਾਂ ਸਾਹਮਣੇ ਆਏ ਇੱਕ ਬਲਾਤਕਾਰ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਾਲੀ ਪਠਾਨਕੋਟ ਪੁਲਿਸ ਢਿੱਲੀ ਕਾਰਵਾਈ ਕਰਨ ਦੇ ਮਾਮਲੇ ਵਿੱਚ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਸੀ ਅਤੇ ਹੁਣ ਤਾਜ਼ਾ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤੋਂ ਬਾਅਦ ਪਠਾਨਕੋਟ ਪੁਲਿਸ ਦਾ ਪੱਖਪਾਤੀ ਰਵੱਈਆ ਸਾਫ਼ ਹੋ ਗਿਆ ਹੈ। ਦਰਅਸਲ ਹਾਈ ਪ੍ਰੋਫਾਈਲ ਇਸ ਬਲਾਤਕਾਰ ਦੇ ਮਾਮਲੇ 'ਚ ਜਿਨ੍ਹਾਂ ਦੋ ਲੜਕਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਕਰਨ ਦਾ ਡਰਾਮਾ ਰਚਿਆ ਸੀ, ਉਹਨਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਦੀ ਬਜਾਏ ਪਠਾਨਕੋਟ ਸ਼ਹਿਰ ਦੇ ਬੱਸ ਸਟੈਂਡ ਦੇ ਨੇੜੇ ਹੀ ਇੱਕ ਗੈਸਟ ਹਾਊਸ ਵਿੱਚ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਇਸ ਗੱਲ ਦੀ ਭਨਕ ਜਦੋਂ ਮੀਡੀਆ ਨੂੰ ਲੱਗੀ ਤਾਂ ਇਸ ਗੈਸਟ ਹਾਊਸ ਵਿੱਚ ਅਚਨਚੇਤ ਛਾਪਾ ਮਾਰਿਆ ਗਿਆ। ਇਹ ਦੋਵੇਂ ਮੁਲਜ਼ਮ ਗੈਸਟ ਹਾਊਸ ਵਿੱਚ ਆਰਾਮ ਫਰਮਾ ਰਹੇ ਸਨ, ਜਿਨ੍ਹਾਂ ਨੇ ਮੀਡੀਆ ਦੇ ਕੈਮਰੇ ਦੇਖਦਿਆਂ ਹੀ ਆਪਣੇ ਮੂੰਹ 'ਚ ਪਾ ਲਏ। ਇਹਨਾਂ ਦੋਹਾਂ 'ਤੇ ਇੱਕ ਲੜਕੀ ਦੇ ਨਾਲ ਬਲਾਤਕਾਰ ਕਰਨ ਅਤੇ ਉਸਦੀ ਅਸ਼ਲੀਲ ਵੀਡੀਓ ਬਣਾਉਣ ਦੇ ਸੰਗੀਨ ਇਲਜ਼ਾਮ ਨੇ ਅਤੇ ਦੱਸਿਆ ਜਾ ਰਿਹਾ ਕਿ ਪਠਾਨਕੋਟ ਪੁਲਿਸ ਭਾਜਪਾ ਦੇ ਇੱਕ ਸੱਤਾਧਾਰੀ ਨੇਤਾ ਦੇ ਮੈਂਬਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਧਰ ਇਸ ਮਾਮਲੇ ਬਾਰੇ ਜਦੋਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਕੋਲ ਵੀ ਕੋਈ ਠੋਸ ਜਵਾਬ ਨਹੀਂ ਸੀ। ਬਸ ਤਫਤੀਸ਼ ਚੱਲ ਰਹੀ ਹੈ ਕਹਿ ਕੇ ਪੁਲਿਸ ਨੇ ਵੀ ਆਪਣਾ ਪੱਲਾ ਝਾੜ ਲਿਆ। ਜਦੋਂ ਪਠਾਨਕੋਟ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਜ਼ਾਰ ਵਿੱਚੋਂ ਉਸ ਨੂੰ ਪੈਦਲ ਲਿਜਾਇਆ ਗਿਆ, ਪਰ ਉਸ ਤੋਂ ਬਾਅਦ ਹੀ ਅੱਜ ਜੋ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਵਿੱਚ ਪੁਲਿਸ ਪੱਖਪਾਤੀ ਰਵੱਈਏ ਦੇ ਨਾਲ ਇਹ ਕਾਰਵਾਈ ਕਰਦੀ ਹੋਈ ਦੇਖੀ ਗਈ। ਦਰਅਸਲ ਇਹਨਾਂ ਗ੍ਰਿਫਤਾਰ ਕੀਤੇ ਗਏ ਲੜਕਿਆਂ ਦੇ ਉੱਤੇ ਇਲਜ਼ਾਮ ਹੈ ਕਿ ਇਹਨਾਂ ਨੇ ਇੱਕ ਲੜਕੀ ਦਾ MMS ਬਣਾਇਆ ਅਤੇ ਉਸ ਨਾਲ ਬਲਾਤਕਾਰ ਵੀ ਕੀਤਾ। ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਹਿਰਾਸਤ ਵਿੱਚ ਰੱਖਣ ਤੇ ਖ਼ਬਰ ਫਰੀਦਕੋਟ ਤੋਂ ਹੈ, ਜਿੱਥੋਂ ਦੀ ਪੁਲਿਸ ਨੇ CIA ਸਟਾਫ ਦੇ ਕੇਂਦਰੀ ਮਾਡਰਨ ਜੇਲ੍ਹ ਵਿੱਚ ਹੁੰਦੀ ਨਸ਼ੇ ਦੀ ਤਸਕਰੀ ਸੰਬੰਧੀ ਅਹਿਮ ਖੁਲਾਸੇ ਕੀਤੇ ਨੇ। CIA ਸਟਾਫ ਫਰੀਦਕੋਟ ਦੀ ਟੀਮ ਨੇ ਇੱਕ ਲੰਬੀ ਜੱਦੋਜਹਿਦ ਮਗਰੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਮਾਡਰਨ ਢੰਗ ਦੇ ਨਾਲ ਹੁੰਦੀ ਨਸ਼ੇ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ ਅਤੇ ਜੇਲ੍ਹ ਵਿੱਚ ਬੰਦ 9 ਤਸਕਰਾਂ ਸਮੇਤ 3 ਹੋਰ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। DSP ਫਰੀਦਕੋਟ ਦੇ ਮੁਤਾਬਿਕ ਜੇਲ੍ਹ ਵਿੱਚ ਬੰਦ ਲੋਕਾਂ ਨੂੰ ਜੇਲ੍ਹ ਅੰਦਰ ਹੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਲਈ ਕੁਝ ਮਾਸਟਰ ਮਾਈਂਡ ਵਿਅਕਤੀਆਂ ਵੱਲੋਂ ਯੋਜਨਾ ਤਿਆਰ ਕੀਤੀ ਗਈ ਸੀ, ਜਿਸ ਦੇ ਮੁਤਾਬਿਕ ਜੇਲ੍ਹ ਅੰਦਰ ਬੰਦ ਜਿਸ ਵਿਅਕਤੀ ਨੂੰ ਵੀ ਕਿਸੇ ਨਸ਼ੇ ਦੀ ਲੋੜ ਹੁੰਦੀ ਸੀ ਤਾਂ ਉਸ ਦੇ ਪਰਿਵਾਰ ਵੱਲੋਂ ਨਸ਼ਾ ਤਸਕਰਾਂ ਦੇ ਦਿੱਤੇ ਗਏ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਜਾਂਦੇ ਸਨ, ਜਿਸ ਦੀ ਕਿਸੇ ਨਾ ਕਿਸੇ ਤਰ੍ਹਾਂ ਖ਼ਬਰ ਜੇਲ੍ਹ ਦੇ ਅੰਦਰ ਹੀ ਬੰਦ ਨਸ਼ਾ ਤਸਕਰਾਂ ਤੱਕ ਪਹੁੰਚ ਜਾਂਦੀ ਸੀ। ਆਦਮੀ ਆ ਜਿਹੜੇ ਸਮਗਲਰ ਜੇਲ੍ਹ ਦੇ ਵਿੱਚ ਬੈਠੇ ਆ, ਉਹਨਾਂ ਨੇ ਕੁਝ ਫੇਕ ਖਾਤੇ ਖੋਲ੍ਹੇ ਆਪਣੇ ਰਿਸ਼ਤੇਦਾਰਾਂ ਦੇ, ਯਾਰਾਂ ਦੋਸਤਾਂ ਦੇ ਨਾਂ 'ਤੇ, ਅਤੇ ਉਹਨਾਂ ਆਪਣੇ ਖਾਤਿਆਂ 'ਚ ਪੈਸੇ ਜਮ੍ਹਾਂ ਕਰ ਕੈਦੀਆਂ ਨੂੰ ਸਪਲਾਈ ਕਰਦੇ ਸੀ, ਫਿਰ ਅੰਦਰ ਦੇ ਜਾਂਦੇ ਸੀ। ਇਹਦੇ ਸੰਬੰਧ ਵਿੱਚ ਆਪਣੀ ਰਿਪੋਰਟ ਦੇ ਦਿੱਤੀ, SSP ਸਾਹਿਬ ਨੂੰ ਉਹਨਾਂ ਪਰਚਾ ਦਰਜ ਕੀਤਾ। ਅੱਗੇ ਫਰਦਰ ਅਸੀਂ ਤਫਤੀਸ਼ ਕਰਾਂਗੇ, ਜੋ ਵੀ ਇਹਦੇ ਵਿੱਚ ਚੱਲ ਰਿਹਾ ਦੋਸ਼ੀ ਪਾਇਆ ਗਿਆ ਕਰਾਂਗੇ। ਉਹ ਪਿਛਲੇ ਲਾ ਲਓ ਤੁਸੀਂ 6 ਮਹੀਨੇ ਤੋਂ ਕੋਈ 50 ਲੱਖ ਦੇ ਕਰੀਬ ਹੈ ਜੀ।